ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਅੱਜ ਵੇਰਕਾ ਮਿਲਕ ਪਲਾਂਟ ਦੇ ਬਾਹਰ ਜੋ ਹੈ ਪੱਕਾ ਧਰਨਾ ਲਗਾ ਕੇ ਬਿਆਨ ਲੱਗੀਆਂ ਨੇ। ਉਹਨਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਧਰਨੇ ਦੀ। ਕਿਹਾ ਜਾ ਰਿਹਾ ਕਿ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ 35 ਰੁਪਏ ਫੈਟ ਦੇਣ ਦਾ, ਉਹ ਜਿਹੜਾ ਵਾਅਦਾ ਉਹਨਾਂ ਵੱਲੋਂ ਪੂਰਾ ਨਹੀਂ ਕੀਤਾ ਜਾ ਰਿਹਾ। ਜਥੇਬੰਦੀ ਵੱਲੋਂ ਸਰਕਾਰ ਨਾਲ ਮੀਟਿੰਗ ਦੇ ਵਿੱਚ 55 ਰੁਪਏ ਕਿਲੋ ਫੈਟ ਫਾਈਨਲ ਹੋਇਆ। 20 ਰੁਪਏ ਦਾ ਪਾਰਟ ਜਿਹੜਾ ਮਿਲਕ ਫੈਡ ਨੇ ਦੇਣਾ ਸੀ, 35 ਰੁਪਏ ਪੰਜਾਬ ਸਰਕਾਰ ਨੇ ਦੇਣੇ ਸੀਗੇ। ਮਿਲਕ ਫੈਡ ਵਾਲਾ 21 ਮਈ ਤੋਂ ਲਾਗੂ ਹੋ ਗਿਆ, ਸਰਕਾਰ ਵਾਲਾ ਵੀ 21 ਮਈ ਤੋਂ ਹੀ ਫਾਰਮਰਾਂ ਨੂੰ ਦਿੱਤਾ ਜਾਣਾ ਸੀਗਾ, ਉਹਦੇ ਵਿੱਚ ਸਾਡੀ ਜੋ ਸਮਝੌਤਾ ਹੋਇਆ ਸੀਗਾ, ਪਰ ਉਹ ਅੱਜ ਤੱਕ ਨਹੀਂ ਦਿੱਤਾ ਗਿਆ। ਇਸ ਕਰਕੇ 3 ਮਹੀਨੇ ਲੰਘਣ ਦੇ ਬਾਵਜੂਦ ਵੀ ਜਦੋਂ ਸਾਨੂੰ ਨਹੀਂ ਮਿਲਿਆ ਤਾਂ ਸਾਨੂੰ ਅੱਜ ਫਿਰ ਮਜਬੂਰਨ ਦੁਬਾਰੇ ਐਜੀਟੇਸ਼ਨ 'ਤੇ ਆਉਣਾ ਪਿਆ। ਇਹ ਜਿਹੜਾ ਧਰਨਾ ਹੈ ਇਹ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਅਸੀਂ ਲਾ ਰਹੇ ਹਾਂ, ਦਿਨ ਰਾਤ ਧਰਨਾ ਚੱਲੂਗਾ। ਜਿੰਨਾ ਟਾਈਮ ਸਰਕਾਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਊਗੀ ਉਨਾ ਟਾਈਮ ਇਹ ਧਰਨਾ ਨਹੀਂ ਚੱਕਿਆ ਜਾਊਗਾ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਲਓ ਤੁਸੀਂ, ਮੈਂ ਹਾਂ ਕੁਲਵੀਰ ਰਾਹੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਅੱਜ ਵੇਰਕਾ ਮਿਲਕ ਪਲਾਂਟ ਦੇ ਬਾਹਰ ਜੋ ਹੈ ਪੱਕਾ ਧਰਨਾ ਲਗਾ ਕੇ ਬਿਆਨ ਲੱਗੀਆਂ ਨੇ। ਉਹਨਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਧਰਨੇ ਦੀ। ਕਿਹਾ ਜਾ ਰਿਹਾ ਕਿ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ 35 ਰੁਪਏ ਫੈਟ ਦੇਣ ਦਾ, ਉਹ ਜਿਹੜਾ ਵਾਅਦਾ ਉਹਨਾਂ ਵੱਲੋਂ ਪੂਰਾ ਨਹੀਂ ਕੀਤਾ ਜਾ ਰਿਹਾ। ਅਤੇ ਜਿਹੜੇ ਕਿਸਾਨ ਨੇ, ਜਿਹੜੇ ਦੁੱਧ ਉਤਪਾਦਕ ਨੇ, ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ। ਤਸਵੀਰਾਂ ਤੁਹਾਨੂੰ ਦਿਖਾ ਦਈਏ, ਇੱਧਰ ਦੇਖ ਲਓ ਤੁਸੀਂ, ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਅਤੇ ਇਹ ਪੱਕਾ ਧਰਨਾ ਜਿਹੜਾ ਵੇਰਕਾ ਮਿਲਕ ਪਲਾਂਟ ਦੇ ਬਾਹਰ ਜਿਹੜਾ ਇਹਨਾਂ ਵੱਲੋਂ ਲਗਾਇਆ ਜਾਏਗਾ, ਅਤੇ ਕਿਸਾਨ ਜਿਹੜੇ ਨੇ ਲਗਾਤਾਰ ਇੱਥੇ ਜੁੜਦੇ ਨਜ਼ਰ ਆ ਰਹੇ ਨੇ। ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਵੇਰਕਾ ਮਿਲਕ ਪਲਾਂਟ ਜਿਹੜਾ ਹੈ ਸਾਹਮਣੇ ਨਜ਼ਰ ਆ ਰਿਹਾ, ਅਤੇ ਉਸ ਦੇ ਬਾਹਰ ਜਿਹੜਾ ਇਹ ਧਰਨਾ ਇੱਥੇ ਲਗਾਇਆ ਜਾ ਰਿਹਾ। ਗੱਲਬਾਤ ਕਰਾਂਗੇ ਕਿਸਾਨ ਜਿਹੜੇ ਆਗੂ ਇੱਥੇ ਆਏ ਨੇ, ਦੁੱਧ ਉਤਪਾਦਕ ਜਿਹੜੇ ਆਏ ਨੇ, ਕਿ ਕੀ ਇਹ ਜਿਹੜੇ ਦਿੱਕਤ ਆ ਰਹੀ ਹੈ ਉਹਨਾਂ ਨੂੰ, ਕਿਸ ਤਰ੍ਹਾਂ ਦੀ ਮੰਗ ਜਿਹੜੀ ਹੈ ਸਰਕਾਰ ਵੱਲੋਂ ਉਹ ਕਰ ਰਹੇ ਨੇ। ਉਤਪਾਦਕ ਸਾਡੇ ਨਾਲ ਨੇ, ਕਿਸਾਨ ਵੀਰ ਸਾਡੇ ਨਾਲ ਨੇ, ਗੱਲਬਾਤ ਕਰਦੇ ਆ। ਕਿਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਸੀ, ਦੱਸਿਆ ਜਾ ਰਿਹਾ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ? ਹਾਂਜੀ, ਸਰਕਾਰ ਨੇ ਵਾਅਦਾ ਕੀਤਾ ਸੀਗਾ ਜੀ 35 ਰੁਪਏ ਕਿਲੋ ਫੈਟ ਜਿਹੜਾ ਕਿਸਾਨਾਂ ਨੂੰ ਦੇਣਾ ਸੀਗਾ। ਟੋਟਲ ਸਾਡਾ ਜਿਹੜਾ ਸਾਡੀ ਜਥੇਬੰਦੀ ਵੱਲੋਂ ਸਰਕਾਰ ਨਾਲ ਮੀਟਿੰਗ ਦੇ ਵਿੱਚ 55 ਰੁਪਏ ਕਿਲੋ ਫੈਟ ਫਾਈਨਲ ਹੋਇਆ। 20 ਰੁਪਏ ਦਾ ਪਾਰਟ ਜਿਹੜਾ ਮਿਲਕ ਫੈਡ ਨੇ ਦੇਣਾ ਸੀ, 35 ਰੁਪਏ ਪੰਜਾਬ ਸਰਕਾਰ ਨੇ ਦੇਣੇ ਸੀਗੇ। ਮਿਲਕ ਫੈਡ ਵਾਲਾ 21 ਮਈ ਤੋਂ ਲਾਗੂ ਹੋ ਗਿਆ, ਸਰਕਾਰ ਵਾਲਾ ਵੀ 21 ਮਈ ਤੋਂ ਹੀ ਫਾਰਮਰਾਂ ਨੂੰ ਦਿੱਤਾ ਜਾਣਾ ਸੀਗਾ, ਉਹਦੇ ਵਿੱਚ ਸਾਡੀ ਜੋ ਸਮਝੌਤਾ ਹੋਇਆ ਸੀਗਾ, ਪਰ ਉਹ ਅੱਜ ਤੱਕ ਨਹੀਂ ਦਿੱਤਾ ਗਿਆ। ਇਸ ਕਰਕੇ 3 ਮਹੀਨੇ ਲੰਘਣ ਦੇ ਬਾਵਜੂਦ ਵੀ ਜਦੋਂ ਸਾਨੂੰ ਨਹੀਂ ਮਿਲਿਆ ਤਾਂ ਸਾਨੂੰ ਅੱਜ ਫਿਰ ਮਜਬੂਰਨ ਦੁਬਾਰੇ ਐਜੀਟੇਸ਼ਨ 'ਤੇ ਆਉਣਾ ਪਿਆ। ਇਹ ਜਿਹੜਾ ਧਰਨਾ ਹੈ ਇਹ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਅਸੀਂ ਲਾ ਰਹੇ ਹਾਂ, ਦਿਨ ਰਾਤ ਧਰਨਾ ਚੱਲੂਗਾ। ਜਿੰਨਾ ਟਾਈਮ ਸਰਕਾਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਊਗੀ ਉਨਾ ਟਾਈਮ ਇਹ ਧਰਨਾ ਨਹੀਂ ਚੱਕਿਆ ਜਾਊਗਾ। ਕੁਛ ਦਿਨ ਪਹਿਲਾਂ ਤੋਂ ਹੀ ਤੁਸੀਂ ਜੋ ਹੈ ਇਸ ਚੀਜ਼ ਦਾ ਐਲਾਨ ਕਰ ਦਿੱਤਾ ਸੀ ਕਿ ਧਰਨਾ ਲਗਾਇਆ ਜਾ ਰਿਹਾ, ਕਿਸਾਨ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਆਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਨਾਲ? ਨਹੀਂ, ਸਾਡੇ ਨਾਲ ਕੋਈ ਪਹਿਲਾਂ ਨਹੀਂ ਗੱਲ ਕੀਤੀ ਜਾ ਰਹੀ ਸੀਗੀ, ਅਤੇ ਕੱਲ੍ਹ ਸ਼ਾਮ ਨੂੰ ਸਾਨੂੰ ਆਇਆ ਸੀਗਾ ਵੀ 26 ਤਰੀਕ ਦੀ ਇੱਕ ਮੀਟਿੰਗ ਤੁਹਾਡੀ ਰੱਖ ਦਿੰਦੇ ਹਾਂ ਅਤੇ ਤੁਸੀਂ ਧਰਨਾ ਨਾ ਲਾਓ। ਸਾਡੀ ਕਾਲ ਦਿੱਤੀ ਹੋਈ ਸੀ, ਜਾਂ ਤਾਂ ਸਰਕਾਰ ਸਾਨੂੰ ਕੱਲ੍ਹ ਬੁਲਾ ਕੇ ਐਲਾਨ ਕਰ ਦਿੰਦੀ, ਜਾਂ ਇਸ ਇਹਦੇ 'ਤੇ ਤਾਂ ਮੀਟਿੰਗ ਦੀ ਜ਼ਰੂਰਤ ਵੀ ਨਹੀਂ, ਮੀਟਿੰਗ ਕਰਕੇ ਹੀ 35 ਰੁਪਏ ਫਾਈਨਲ ਹੋਇਆ। ਠੀਕ ਹੈ ਜੀ, ਇਹਦੇ 'ਤੇ ਕਿਹੜਾ ਕੋਈ ਨੈਗੋਸ਼ੀਏਸ਼ਨ ਹੋਣੀ ਆ? ਨੈਗੋਸ਼ੀਏਸ਼ਨ ਤੋਂ ਬਾਅਦ ਹੀ 35 ਰੁਪਏ 'ਤੇ ਸਰਕਾਰ ਮੰਨੀ ਆ, ਇਹ ਸਰਕਾਰ ਖਾਤਿਆਂ 'ਚ ਪਾਵੇ, ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਲਈ ਸਾਨੂੰ ਟਾਈਮ ਦੇ ਦਿੰਦੀ, ਅਸੀਂ ਧਰਨਾ ਨਾ ਲਾਉਂਦੇ। ਦੁੱਧ ਦੀ ਗੱਲ ਕਰੀਏ ਤਾਂ ਜਿਹੜਾ ਦੁੱਧ ਦਾ ਯੂਜ਼ ਜੋ ਹੈ ਬਹੁਤ ਜ਼ਿਆਦਾ ਹੈ, ਲੇਕਿਨ ਪੈਦਾਵਾਰ ਘੱਟ ਹੈ, ਅਤੇ ਕਿੱਦਾਂ ਕੀ ਲੱਗ ਰਿਹਾ ਕਿ ਨਕਲੀ ਦੁੱਧ ਜਿਹੜਾ ਸਪਲਾਈ ਕੀਤਾ ਜਾ ਰਿਹਾ ਨਕਲੀ ਦੁੱਧ ਮਾਰਕੀਟ ਵਿੱਚ? ਦੇਖੋ ਜੀ, ਨਕਲੀ ਖੋਇਆ ਵੀ ਆ ਰਿਹਾ ਹੈ, ਨਕਲੀ ਦੁੱਧ ਵੀ ਆ ਰਿਹਾ, ਨਕਲੀ ਪਨੀਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ ਰਿਹਾ, ਅਤੇ ਇਸ ਸਰਕਾਰ ਨੇ ਇਹ ਤਾਂ ਬਿਲਕੁਲ ਹੀ ਸੁੱਤੀ ਪਈ ਆ, ਜਦੋਂ ਦੀ ਸਰਕਾਰ ਆਈ ਆ ਬਿਲਕੁਲ ਵੀ ਇਸ ਪਾਸੇ ਨਹੀਂ ਤੁਰੀ ਹੈਗੀ। ਅਤੇ ਤੁਸੀਂ ਆਮ ਦੇਖੋ, ਪਹਿਲੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਤਾਂ ਜਦੋਂ ਤਿਉਹਾਰਾਂ ਦੇ ਦਿਨ ਆਉਂਦੇ ਸੀਗੇ ਤਾਂ ਉਦੋਂ ਛਾਪੇਮਾਰੀ ਹੁੰਦੀ ਸੀ, ਕਿਤੇ ਨਾ ਕਿਤੇ ਡਰ ਪੈਂਦਾ ਸੀ, ਥੋੜ੍ਹਾ ਬਹੁਤਾ ਤਾਂ ਫਰਕ ਪੈਂਦਾ ਹੀ ਸੀਗਾ। ਪਰ ਜਿਹੜੇ ਡਿਪਾਰਟਮੈਂਟ ਹੈਗੇ ਆ, ਹੈਲਥ ਮਹਿਕਮਾ ਹੈ, ਉਹਨਾਂ ਨੇ ਸੈਟਿੰਗਾਂ ਹੈਗੀਆਂ ਨੇ ਜੀ, ਉਹਨਾਂ ਦਾ ਮਹੀਨਾ ਹਫ਼ਤਾ ਵਸੂਲ ਕਰ ਰਹੇ ਆ, ਉਹਨਾਂ ਦੇ ਘਰ ਪੈਸੇ ਆ ਰਹੇ ਆ, ਅਤੇ ਉਹਨਾਂ ਨੂੰ ਕਿਸੇ ਨੂੰ ਨਹੀਂ ਰੋਕਿਆ ਜਾ ਰਿਹਾ। ਧੜਾ ਧੜ ਮਰੇਕੋਲੇ ਤੋਂ, ਰਾਮਪੁਰਾ ਫੂਲ ਤੋਂ, ਬਠਿੰਡਾ ਸਾਈਡ ਤੋਂ ਪਨੀਰ ਦੀਆਂ ਗੱਡੀਆਂ ਰੋਜ਼ ਰਾਤਾਂ ਨੂੰ, ਬਹੁਤ ਵੱਡਾ ਮਾਫੀਆ ਹੈ, ਰਾਤਾਂ ਨੂੰ ਗੱਡੀਆਂ ਆਉਂਦੀਆਂ ਨੇ ਜੀ ਲੁਧਿਆਣੇ ਸ਼ਹਿਰ 'ਚ, ਹਰੇਕ ਸ਼ਹਿਰ ਦੇ ਵਿੱਚ ਉਹ ਆਪਣੀ ਸਪਲਾਈ ਕਰਕੇ ਰਾਤ ਨੂੰ 1-2 ਵਜੇ 4 ਵਜੇ ਤੱਕ ਵਾਪਸ ਹੋ ਜਾਂਦੀਆਂ ਨੇ। ਉਹ ਨਕਲੀ ਪਨੀਰ ਲੋਕਾਂ ਨੂੰ ਖਵਾਇਆ ਜਾ ਰਿਹਾ, ਲੋਕਾਂ ਦੀ ਜਿਹੜੀ ਹੈਗੀ ਆ ਸਾਡੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ। ਠੀਕ ਆ, ਸਰਕਾਰ ਇਹਦੇ 'ਤੇ ਬਿਲਕੁਲ ਸੁੱਤੀ ਪਈ ਆ, ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ। ਅਸੀਂ ਆਪ ਬਹੁਤ ਜ਼ੋਰ ਲਾ ਕੇ ਸਰਕਾਰ ਦੀ ਹਮਾਇਤ ਕੀਤੀ ਆ ਵੀ ਬਦਲਾਅ ਆਊਗਾ, ਪਰ ਸਾਨੂੰ ਨਹੀਂ ਪਤਾ ਸੀ ਵੀ ਇੱਦਾਂ ਦਾ ਬਦਲਾਅ ਆਊਗਾ ਵੀ ਜਿਹੜੇ ਬਿਲਕੁਲ ਸੌਂ ਜਾਣਗੇ, ਕਿਸੇ ਵੀ ਮੁੱਦੇ ਦੇ ਉੱਤੇ ਐਲਾਨ ਕਰਨਗੇ ਅਤੇ ਉਹ ਪੂਰਾ ਨਹੀਂ ਕਰਨਗੇ। ਅੱਜ ਸਾਡੇ ਨਾਲ ਮੀਟਿੰਗ ਕਰਕੇ ਐਲਾਨ ਕੀਤਾ, ਉਹ ਨਹੀਂ ਪੂਰਾ ਹੋਇਆ,
1500 रुपया झोने की सीधी बिजाई वाले किसानों को देना सी, वो किसी ने नहीं दिता। MSP का डिफरेंस मूंगी का सरकार ने ऐलान किया, वो भी ऐलान ही रह गया। इसे पता नहीं चल रहा भी ये सरकार कितना चल रही है। कितने कितने अजकल जिहड़ा एक गौवां दे विच बीमारी फैली हुई है कि सरकार अज तक मुआवजे की गल की जा रही है कि जो जानवर मरे उन्होंने दिता जाए तो उन्होंने दवाई तीकन अजे तक नहीं बन पा रही, कि देख लो चीज़। मैं रघवीर सिंह बैनीपाल जमोरी किसान सभा का सूबाई सकत्र हाँ। मैं असी कल मीटिंग करके फैसला किया है कि जिहड़ियां इह मंगां सदर प्रधान साहब की अगवाई दे विच इन्होंने कीतियां ने सरकार दे नाल तय हुई हैं, पहलां उन्होंने लागू कराने वास्ते अज तो धरना शुरू किया, इसकी पूरी सपोर्ट करते हैं। पहली गल दूजी गल ये है भी जिते भा नहीं मिल रहा उत्थे नाल जिहड़ी ये हुण पशुआं दे विच बीमारी आई है धप्पड़ रोग कह लिए पंजाबी इहनूं असीं, ये इन्ना खतरनाक है जिहड़ी मतलब पशु नूं ये बीमारी लग जाती है उहदा दुध तां सुकदा ही सुकदा, उहदी सेहत जांदी जांदी है। हज़ारां पशु ने जिहड़े पिंडां दे विच जिथे बीमार खड़े ने उत्थे हज़ारां पशु ने जिहड़े वह मौत का शिकार हो चुके हैं, तो सरकार का इस वल भोरा ध्यान नहीं। हस्पतालों के पशु हस्पतालों के कोई दवाई नहीं आ रही, कोई डॉक्टर की वो जी टीम ने वो जाके लोगों की बांह नहीं फड़ रही, लोग प्राइवेट इलाज करा के हज़ार रुपया जरा एक एक पशु के उत्ते बर्बाद कर रहे हैं, तो लखा रुपए का नुकसान हो रहा है। असी ये मंग रखी है नाल कि जिथे सरकार प्रबंध करे उत्थे जिहड़े पशुओं का नुकसान हो गया उहदी जिवें फसलों की गिदावरी हुंदी है उहदी बकायदा तौर पर वो लिस्ट बना के गिदावरी करा के उन्होंने लख रुपया प्रति दुधारू पशु है जरा वो मुआवजा दिता जाए, क्योंकि जोड़ा डेयरी का धंधा ये खेती का सहायक धंधा, जिस हिसाब न पिछे पोल्ट्री फार्म सहायक धंधा बर्बाद हो गया, फिशरी बर्बाद हो गई, मक्खी वाला जोड़ा धंधा सहायक थी, जे डेयरी जोड़ा महकमा उन्हें ध्यान ना दिता सरकार ने, तो यह सा दुध का धंधा जोड़ा हर घर जी जुड़िया हुआ अपनी रोटी रोजी चला रहा, कोई दो पशु कोई भी पशु कोई 100 पशु अपना एक धंधे के तौर पर सहायक के तौर पर जोड़ा मतलब लोग इनू कर रहे हैं, ये बर्बाद हो जाएंगे। तो ये सानू डर है कि जिदा खेतीबाड़ी के कर्जे फस के किसान 3 लाख तो ज़्यादा आत्महत्या कर चुके हैं, उस तरह के आत्महत्यावान जीडिया बदलगियाँ, सरकार सिर्फ लारे लाइदियां ने, सरकार वादे कर लेंदियां ने, समझौता कर लेंदियां ने अपने संघर्ष के बाद, पर उन्हें लागू नहीं कर दिया। इस करके जेड़ा इन्होंने फैसला किया कि असी लागू कराने तक इतने बैठांगे, साड़ी जथेबंदी जमहूरी किसान सभा इहदा पूरा समर्थन कर। बिल्कुल जो है किसान जथेबंदियां जिहड़े कह रहे हैं कि क्यों सरकार ने जिहड़े वादे किए ने वह वादे पूरे होने तक जिहड़ा पक्का धरना इत्थे लगाया जाएगा, क्योंकि सरकार ने जिहड़े 35 रुपये फैट देने की गल की थी 55 रुपये में जिहड़ी गलबात हुई सी इन्हां दी, तो उसके बाद वेरका मिल प्लांट या जो इस तरह के प्लांट ने उन्होंने वालों किसानों जिहड़े दिए जा रहे हैं, लेकिन सरकार वालों जिहड़े 35 रुपये देने की गल की सी उन्होंने वालों दिए जाने से उसनों जो है नहीं दिता गया, तो उस चीज़ तो नाराज़ होकर जो है इन्होंने वालों अज पक्का धरना जिहड़ा है वेरका मिल प्लांट के बाहर लगा दिया गया, तो वह कह रहे हैं कि जदों तक उन्होंने मंगा नहीं मनिया जाएंगे उदों तक यह धरना इसी तरह जारी रहेगा। कैमरामैन सुखदीप के नाल कुलबीर राय D5 चैनल पंजाबी लुधियाना। होएगी किसानों की गल, नवी खेती मशीन बीजा ते बागां की गल लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच सोमवार तो शुक्रवार सवेरे 5:30 बजे D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com कानून जायदाद दा। D5 चैनल पंजाबी हुणे सबसक्राइब करो, बैल आइकन ते क्लिक करो।